ਇਹ ਨਾ ਤਾਂ ਸਰਪੰਚੀ ਦੇ ਇਲੈਕਸ਼ਨ ਹੈ, ਨਾ ਹੀ ਕਿਸੇ ਛੋਟੇ ਮਾਹੌਰ ਹੈ, ਇਹ ਐਮ ਪੀ ਇਲੈਕਸ਼ਨ ਹੋ ਰਹੇ ਨੇ। ਇੱਥੇ ਵੱਡੇ ਵੱਡੇ ਪਾਰਟੀਆਂ ਨੂੰ ਦਿੱਗਜ ਜਿਹੜੇ ਉਮੀਦਵਾਰ ਉਤਾਰੇ ਗਏ ਨੇ, ਉਤਾਰੇ ਜਾ ਵੀ ਰਹੇ ਨੇ। ਉਹ ਕਹਿੰਦੇ ਨਾ ਕਿ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀਂ ਕੋਈ, ਨਾਨਕ ਤਿਸ ਬਲਿਹਾਰ ਨੇ ਜਲ ਥਲ ਮਈ ਲਸੋਏ, ਕਰਨ ਵਾਲਾ ਉਹ ਵਾਹਿਗੁਰੂ ਜੀ ਹੈ, ਪਰਮਾਤਮਾ ਨੇ ਸੋਝੀ ਦਿਖਾਈ। ਇਲੈਕਸ਼ਨਸ ਦਾ ਮੈਂ ਨਾ ਸੋਚਦੀ ਜੇ ਮੈਨੂੰ ਇੱਥੇ ਸਪੋਰਟ, ਵੈਸੇ ਪੋਲੀਟੀਕਲ ਪਾਰਟੀਆਂ ਬਿਨਾਂ ਆਪਣੇ ਫਾਇਦੇ ਤੋਂ, ਕਹਿ ਤਾਂ ਦਿੰਦੇ ਅਸੀਂ ਸੇਵਾ ਕਰਦੇ ਸੇਵਾ ਕਰਦੇ, ਪਰ ਨਾ ਸੇਵਾ ਦੇ ਨਾਮ 'ਤੇ ਮੈਂ ਸੰਗਤ ਦਾ ਪੈਸਾ ਨਾ ਖਾਇਆ ਹੈ, ਨਾ ਖਾਣ ਦੇਣਾ ਸੀ, ਨਾ ਮੈਂ ਖਾਧਾ ਸੀ। ਕੋਈ ਘਰ ਪਾਰਟੀ ਦੇ ਕੋਈ ਆਏ ਨੇ ਵੀ ਤੁਹਾਨੂੰ ਵੀ ਆਪਣੀ ਪਾਰਟੀ 'ਚ ਬੁਲਾਉਣ ਵਾਸਤੇ ਵੀ ਸਾਡੀ ਪਾਰਟੀ 'ਚ ਆ ਜਾਓ, ਸਾਡੇ ਨਾਲ ਆ ਕੇ ਤੁਸੀਂ ਜਿਹੜਾ ਚੋਣ ਪ੍ਰਚਾਰ ਕਰੋ ਅਤੇ ਵੋਟਾਂ ਮੰਗੋ ਲੋਕਾਂ ਕੋਲ? ਨਹੀਂ, ਹੁਣ ਤਾਂ ਨਹੀਂ ਆਏ, ਨਾ ਆਉਣਗੇ, ਉਹਨਾਂ ਨੂੰ ਪਤਾ ਹੈ, ਉਹ ਨਾ ਜਾਣ ਦਿੰਦੇ ਤਾਂ ਆਉਂਦੇ, ਹੁਣ ਉਹ ਜਾਣਦੇ, ਉਹਨਾਂ ਨੂੰ ਪਤਾ ਹੈ ਕਿ ਮੇਰੇ ਮੁੱਦੇ ਉਹਨਾਂ ਨਾਲ ਮਗਰਲੇ 1.5-2 ਸਾਲ ਤੋਂ ਰਹੇ ਆ। ਮੈਂ ਆਪਣੀ ਟੀਮ ਨਾਲ ਬੈਠ ਕੇ ਉਹਨਾਂ ਨਾਲ ਮੀਟਿੰਗਸ ਕੀਤੀਆਂ ਆ, ਉਹਨਾਂ ਦੇ ਕੋਲ ਜਾ ਕੇ ਜਾਂ ਜਿੰਨੇ ਲੀਡਰ ਸਾਹਿਬਾਨ ਨੂੰ ਐਜ਼ ਏ ਮੈਂ ਸੁਣਦੀ ਸੀਗੀ ਕਿ ਹਾਂ ਇਹ ਸੋਝੀ ਵਾਲੇ ਇਨਸਾਨ ਨੇ, ਸੋਝੀ ਵਾਲੇ ਬੰਦੇ ਨੇ, ਕੁਝ ਸਾਡੇ ਲਈ, ਸਾਡੀ ਕਿਸਾਨੀ ਲਈ, ਸਾਡੇ ਯੂਥ ਲਈ ਕਰਨਗੇ। ਉਹਨਾਂ ਨੇ ਉਦੋਂ ਨਹੀਂ ਹੈਲਪ ਕਰੀ, ਉਦੋਂ ਨਹੀਂ ਸੁਣੀ ਮੇਰੀ ਆਵਾਜ਼, ਮੇਰੇ ਸਾਧ ਸੰਗਤ ਦੀ ਆਵਾਜ਼, ਅਤੇ ਹੁਣ ਤਾਂ ਗੱਲ ਹੀ ਬਹੁਤ ਵੱਧ ਗਈ। ਕਾਫੀ ਵੱਡੇ ਲੋਕਾਂ ਨੇ ਵੀ ਆਖਿਆ ਕਿ ਇੱਦਾਂ ਕਰ ਲਓ, ਉੱਦਾਂ ਕਰ ਲਓ, ਮੈਂ ਕਿਹਾ ਨਹੀਂ, ਇੱਕ ਸਾਫ਼ ਸੁਥਰੀ ਛਵੀ ਲੈ ਕੇ ਚੱਲਣਾ ਹੈ, ਆਪਣੇ ਇਲਾਕੇ ਦੀ ਸੇਵਾ ਕਰਨੀ ਹੈ। ਫਿਰ ਇਲਾਕੇ 'ਚੋਂ ਕਾਫੀ ਲੋਕ ਨਾਲ ਜੁੜੇ, ਉਹਨਾਂ ਨੇ ਫਿਰ ਕਿਹਾ ਕਿ ਨਹੀਂ ਤੁਸੀਂ ਆਓ, ਅਸੀਂ ਤੁਹਾਨੂੰ ਜਿਤਾ ਕੇ ਭੇਜਾਂਗੇ। 2024 ਲੋਕ ਸਭਾ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਅਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਆਪ ਤਕਰੀਬਨ ਉਮੀਦਵਾਰ ਮੈਦਾਨ 'ਚ ਉਤਾਰ ਚੁੱਕੇ ਨੇ। ਜਿੱਥੇ ਪਾਰਟੀਆਂ ਵੱਲੋਂ ਉਮੀਦਵਾਰ ਉਤਾਰੇ ਗਏ ਨੇ, ਉੱਥੇ ਆਜ਼ਾਦ ਉਮੀਦਵਾਰ ਵੀ ਖੜ੍ਹੇ ਹੋਣ ਦੀ ਤਿਆਰੀਆਂ ਕਰ ਰਹੇ ਨੇ। ਸੋ ਅੱਜ ਅਸੀਂ ਬਟਾਲਾ ਦੀ ਇੱਕ ਪਿੰਡ 'ਚ ਪਹੁੰਚੇ ਹਾਂ, ਜਿੱਥੇ ਕਿ ਗੁਰਪ੍ਰੀਤ ਸਿੰਘ ਕੌਰ ਬਾਜਵਾ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਖਲੋਤੇ ਨੇ ਅਤੇ ਇਸ ਚੋਣ ਮੈਦਾਨ ਵਿੱਚ ਉਤਰੇ। ਸੋ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ, ਵਿਖਾਵਾਂਗੇ ਉਹਨਾਂ ਦਾ ਘਰ ਸਧਾਰਨ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਅਤੇ ਮਨ 'ਚ ਠਾਣ ਲਈ ਹੈ ਕਿ ਮੈਂ ਵੀ ਚੋਣਾਂ ਲੜਾਂਗੀ। ਸੋ ਗੁਰਪ੍ਰੀਤ ਕੌਰ ਬਾਜਵਾ ਦੇ ਘਰ ਪਹੁੰਚੇ ਹਾਂ, ਉਹਨਾਂ ਨਾਲ ਮਿਲਦੇ ਹਾਂ, ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਮਨ 'ਚ ਉਹਨਾਂ ਦਾ ਵਿਚਾਰ ਆਇਆ ਕਿ ਜਿਹੜੇ ਚੋਣਾਂ 'ਚ ਖਲੋਣ ਦਾ, ਚੋਣ ਲੜਨ ਦਾ, ਕਿਉਂਕਿ ਇਸ ਵਾਰੀ ਜੋ ਚੋਣਾਂ 'ਚ ਉਮੀਦਵਾਰ ਉਤਾਰੇ ਗਏ ਨੇ, ਧਾਕੜ ਧਾਕੜ ਉਮੀਦਵਾਰ ਹਰ ਪਾਰਟੀ ਵੱਲੋਂ ਆਪਣੇ ਉਤਾਰੇ ਗਏ ਨੇ ਅਤੇ ਉਹਨਾਂ ਦੇ ਵਿਚਾਰ ਸੁਣਦੇ ਆ ਵੀ ਕਿਸ ਤਰ੍ਹਾਂ ਉਹਨਾਂ ਦੇ ਮਨ 'ਚ ਵਿਚਾਰ ਆਇਆ। ਸਤਿ ਸ਼੍ਰੀ ਅਕਾਲ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿੱਦਾਂ ਤੁਹਾਡੇ ਮਨ 'ਚ ਵਿਚਾਰ ਆਇਆ ਵੀ ਤੁਸੀਂ ਵੀ ਚੋਣ ਲੜਨੀ ਹੈ? ਵਿਚਾਰ ਇੱਦਾਂ ਆਇਆ ਕਿ ਸਾਧ ਸੰਗਤ ਵੱਲੋਂ ਹੁਕਮ ਹੋਇਆ ਅਤੇ ਗੁਰੂ ਸਾਹਿਬ ਦਾ ਵਾਸਾ ਕਿਹਾ ਜਾਂਦਾ ਹੈ ਸਾਡੀ ਕੌਮ ਦੇ ਵੱਲੋਂ ਕਿ ਸਾਧ ਸੰਗਤ ਵਿੱਚ ਹੈ। ਮਗਰਲੇ 1.5-2 ਸਾਲ ਪੌਣੇ ਤੋਂ ਜੇ ਮੈਂ ਦੇਖਾਂ ਤਾਂ ਕਾਫੀ ਏਰੀਏ 'ਚ ਮੈਂ ਵਿਚਰੀ ਹਾਂ, ਕਾਫੀ ਲੋਕਾਂ 'ਚ ਗਈ ਆਈ ਹਾਂ, ਉੱਥੇ ਜਾ ਕੇ ਵੇਖਿਆ ਹੈ ਕਿ ਨਸ਼ਾ ਤਾਂ ਮੁੱਦਾ ਹੈ ਪਰ ਉਹਨਾਂ ਜਿਹੜੇ ਵੀਰ ਮੇਰੇ ਭੈਣ ਭਰਾ ਨਸ਼ਾ ਕਰਦੇ ਨੇ ਮੇਰੀ ਉਮਰ ਦੇ ਜਾਂ ਵੱਡੇ ਜਾਂ ਛੋਟੇ, ਉਹਨਾਂ ਕੋਈ ਰੋਲ ਮਾਡਲ ਨਹੀਂ ਹੈ। ਉਸ ਤੋਂ ਪਹਿਲਾਂ ਮੈਂ ਇੱਕ ਟਰੱਸਟ ਚਲਾ ਰਹੀ ਹਾਂ, ਚਾਰ ਸਾਹਿਬਜ਼ਾਦੇ ਫਾਊਂਡੇਸ਼ਨ, ਉਹਦੀ ਐਜ਼ ਏ ਪ੍ਰੈਜ਼ੀਡੈਂਟ ਵਰਕ ਕਰਦੀ ਗਈ ਹਾਂ ਲੋਕਾਂ 'ਚ, ਉਹਨਾਂ ਨੂੰ ਸਾਹਿਬਜ਼ਾਦਿਆਂ ਬਾਰੇ ਦੱਸਿਆ, ਬਹੁਤ ਹੱਦ ਤੱਕ ਲੋਕ ਸੁਧਰੇ ਵੀ ਆ, ਲੋਕਾਂ ਨਸ਼ਾ ਵੀ ਛੱਡਿਆ ਹੈ। ਪਰ ਹਾਂ, ਮੈਂ ਕੋਈ ਐਨ ਜੀ ਓ ਨਹੀਂ ਚਲਾ ਰਹੀ, ਮੈਂ ਕਦੀ ਕਿਸੇ ਤੋਂ ਕੋਈ ਰੁਪਇਆ ਨਹੀਂ ਲਿਆ, ਠੀਕ ਹੈ, ਜਿੰਨੀ ਮੇਰੀ ਪੋਕਿਟ ਅਲਾਓ ਕਰਦੀ ਉੰਨੀ ਮੈਂ ਸੇਵਾ ਕਰਦੀ ਹਾਂ। ਕਾਫੀ ਵੱਡੀਆਂ ਲੋਕਾਂ ਵੱਲੋਂ ਮੈਨੂੰ NRI ਵੀਰ ਭੈਣ ਭਰਾਵਾਂ ਵੱਲੋਂ ਸਪੋਰਟ ਆਈ, ਪਰ ਮੈਂ ਕਿਹਾ ਨਹੀਂ, ਵਾਹਿਗੁਰੂ ਨੇ ਜੇ ਜਿੰਨਾ ਸਮਰੱਥ ਕੀਤਾ ਹੈ ਉਨੇ ਜੋਗੀ ਮੈਂ ਸੇਵਾ ਕਰੂੰਗੀ, ਠੀਕ ਹੈ। ਉਸ ਤੋਂ ਬਾਅਦ ਕੀ ਹੋਇਆ ਕਿ ਮੈਨੂੰ ਪਾਰਟੀਜ਼ ਨੇ
ਸਪੋਰਟ ਕਰਨੀ, ਇੱਕ ਦੋ ਵੱਡੀਆਂ ਨੇ ਮੈਨੂੰ ਸ਼ੁਰੂ ਕਰ ਦਿੱਤੀ ਉਹਨਾਂ ਫੋਨ ਕਰਨੇ, ਉਹਨਾਂ ਕੋਲ ਜਾਣਾ ਜਾਂ ਉਹਨਾਂ ਨੇ ਮੈਨੂੰ ਮਿਲਣ ਆਉਣਾ, ਵੱਡੇ ਲੋਕਾਂ ਨੇ ਉਹਨਾਂ ਕੋਲ ਬੈਠ ਕੇ ਮੈਂ ਮੀਟਿੰਗਸ ਕਰੀਆਂ। ਮੇਰਾ ਉੱਥੇ ਮੁੱਦਾ ਇਹੀ ਹੁੰਦਾ ਸੀ ਇੱਕ ਫਰੀ ਆਫ ਕੋਸਟ ਹੋਸਪਿਟਲ ਬਣਾਉਣਾ ਹੈ ਆਪਾਂ। ਪਹਿਲਾਂ ਤਾਂ ਇਲੈਕਸ਼ਨ ਦਾ ਮੈਂ ਗੁਰਦਾਸਪੁਰ ਤੋਂ ਸੋਚਿਆ ਨਹੀਂ ਸੀ, ਮਗਰਲੇ 2 ਸਾਲ ਤੋਂ ਉੱਥੇ ਮੈਂ ਇਹ ਕਹਿੰਦੀ ਸੀ ਪੰਜਾਬ ਦੇ ਸੈਂਟਰ 'ਚ ਕਿੱਦਾਂ ਦਾ ਹੋਸਪਿਟਲ ਖੁੱਲ੍ਹ ਜੇ ਚਾਰ ਸਾਹਿਬਜ਼ਾਦੇ ਫਾਊਂਡੇਸ਼ਨ ਵੱਲੋਂ, ਕਿ ਨਾ ਤਾਂ ਆਪਾਂ ਰਹਿਣਾ, ਸਥਿਰਤਾ ਆਪਾਂ ਹੈ ਨਹੀਂ, ਸਾਡੇ ਵੱਡੇ ਵੀ ਤੁਰ ਗਏ, ਆਪਾਂ ਵੀ ਤੁਰ ਜਾਣਾ, ਆਉਣ ਵਾਲਿਆਂ ਤੁਰ ਜਾਣਾ, ਇੱਕ ਹਸਪਤਾਲ ਇੱਦਾਂ ਦਾ ਬਣ ਜਾਏਗਾ ਜਿੱਥੇ ਪ੍ਰੋਪਰ ਉਹਦੀ ਟੀਮ ਹੋਏਗੀ, ਉਹ ਚਲਾਏਗੀ। ਅਤੇ ਉਹ ਪਹਿਲਾਂ ਤਾਂ ਹਾਂ ਕਰ ਜਾਂਦੇ ਸੀ, ਫਿਰ ਕਹਿੰਦੇ ਸੀ ਤੁਸੀਂ ਪਾਰਟੀ ਜੁਆਇਨ ਕਰ ਲਓ, ਆਪਾਂ ਪਾਰਟੀ ਦੇ ਬੈਨਰ ਹੇਠ ਬਣਾਵਾਂਗੇ। ਫਿਰ ਮੈਂ ਕਿਹਾ ਕਿ ਨਹੀਂ, ਮੈਂ ਕਾਪੀਰਾਈਟ ਲਿੱਤੇ ਹੋਏ ਆ ਮਿਸ਼ਨ ਦੇ, ਜਿਹੜਾ ਕੰਧ ਬਟਾਲੇ ਤੋਂ ਕੰਧ ਸਰਹੰਦ ਤੱਕ ਅਤੇ ਘਰ ਘਰ ਸਾਹਿਬਜ਼ਾਦੇ ਹਰ ਘਰ ਸਾਹਿਬਜ਼ਾਦੇ। ਅਤੇ ਮੈਂ ਕਿਹਾ ਨਹੀਂ, ਮੇਰਾ ਮਿਸ਼ਨ ਵਿਕਾਊ ਨਹੀਂ, ਨਾ ਮੈਂ ਵਿਕਾਊ, ਨਾ ਮੇਰੀ ਜਿਹੜੀ ਕੋਰ ਕਮੇਟੀ ਹੈ 23 ਜ਼ਿਲ੍ਹੇ ਨੇ, 23 ਜ਼ਿਲ੍ਹਾ ਪ੍ਰਧਾਨ ਹੈ, 4 ਸਾਹਿਬਜ਼ਾਦੇ ਟਰੱਸਟ ਦੇ, ਨਾ ਮੈਂ ਕਿਹਾ ਉਹ ਵਿਕਾਊ ਨੇ ਜੀ। ਬਿਲਕੁਲ, ਇਸ ਟਾਈਮ ਇਹ ਨਾ ਤਾਂ ਸਰਪੰਚੀ ਦੇ ਇਲੈਕਸ਼ਨ ਹੈ, ਨਾ ਹੀ ਕਿਤੇ ਛੋਟੇ ਮਾਹੌਲ ਹੈ, ਇਹ MP ਇਲੈਕਸ਼ਨ ਹੋ ਰਹੇ ਨੇ। ਇੱਥੇ ਵੱਡੇ ਵੱਡੇ ਪਾਰਟੀਆਂ ਨੂੰ ਦਿੱਗਜ ਜਿਹੜੇ ਉਮੀਦਵਾਰ ਉਤਾਰੇ ਗਏ ਨੇ, ਉਤਾਰੇ ਜਾ ਵੀ ਰਹੇ ਨੇ। ਬੜੀ ਆਪਾਂ ਕਹਿ ਸਕਦੇ ਸਖ਼ਤ ਚੁਣੌਤੀ ਹੈ, ਤੁਸੀਂ ਫਸਟ ਟਾਈਮ ਇਲੈਕਸ਼ਨ ਲੜ ਰਹੇ ਹੋ, ਕਿੱਦਾਂ ਦਾ ਰਹੇਗਾ ਫਿਰ? ਉਹ ਕਹਿੰਦੇ ਨਾ ਕਿ ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਈ, ਨਾਨਕ ਤਿਸ ਬਲਿਹਾਰ ਨੇ ਜਲ ਥਲਮਈ ਲਸੋਏ, ਕਰਨ ਵਾਲਾ ਉਹ ਵਾਹਿਗੁਰੂ ਜੀ ਹੈ, ਪਰਮਾਤਮਾ ਨੇ ਸੋਝੀ ਦਿਖਾਈ। ਇਲੈਕਸ਼ਨਸ ਦਾ ਮੈਂ ਨਾ ਸੋਚਦੀ ਜੇ ਮੈਨੂੰ ਇੱਥੇ ਸਪੋਰਟ ਵੈਸੇ ਪੋਲੀਟੀਕਲ ਪਾਰਟੀਆਂ ਬਿਨਾਂ ਆਪਣੇ ਫਾਇਦੇ ਤੋਂ। ਕਹਿ ਤਾਂ ਦਿੰਦੇ ਅਸੀਂ ਸੇਵਾ ਕਰਦੇ, ਪਰ ਨਾ ਸੇਵਾ ਦੇ ਨਾਮ 'ਤੇ ਮੈਂ ਸੰਗਤ ਦਾ ਪੈਸਾ ਨਾ ਖਾਇਆ ਹੈ, ਨਾ ਖਾਣ ਦੇਣਾ ਸੀ, ਨਾ ਮੈਂ ਖਾਧਾ ਸੀ। ਕਾਫੀ ਵੱਡੇ ਲੋਕਾਂ ਨੇ ਵੀ ਆਖਿਆ ਕਿ ਇੱਦਾਂ ਕਰ ਲਓ, ਉੱਦਾਂ ਕਰ ਲਓ, ਮੈਂ ਕਿਹਾ ਨਹੀਂ, ਇੱਕ ਸਾਫ਼ ਸੁਥਰੀ ਛਵੀ ਲੈ ਕੇ ਚੱਲਣਾ ਹੈ, ਆਪਣੇ ਇਲਾਕੇ ਦੀ ਸੇਵਾ ਕਰਨੀ ਹੈ। ਫਿਰ ਇਲਾਕੇ 'ਚੋਂ ਕਾਫੀ ਲੋਕ ਨਾਲ ਜੁੜੇ, ਉਹਨਾਂ ਨੇ ਫਿਰ ਕਿਹਾ ਕਿ ਨਹੀਂ ਤੁਸੀਂ ਆਓ, ਅਸੀਂ ਤੁਹਾਨੂੰ ਜਿਤਾ ਕੇ ਭੇਜਾਂਗੇ। ਹੁਣ ਤੁਹਾਡੀ ਕਾਫੀ ਆਵਾਜ਼ ਵੀ ਆ ਰਹੀ ਹੈ ਵੀ ਤੁਸੀਂ ਖਲੋਤੇ ਹੋ, ਕੋਈ ਘਰ ਪਾਰਟੀ ਦੇ ਕੋਈ ਆਏ ਨੇ ਵੀ ਤੁਹਾਨੂੰ ਵੀ ਆਪਣੀ ਪਾਰਟੀ 'ਚ ਮਿਲਾਉਣ ਵਾਸਤੇ ਵੀ ਸਾਡੀ ਪਾਰਟੀ 'ਚ ਆ ਜਾਓ, ਸਾਡੇ ਨਾਲ ਆ ਕੇ ਤੁਸੀਂ ਜਿਹੜਾ ਚੋਣ ਪ੍ਰਚਾਰ ਕਰੋ ਅਤੇ ਵੋਟਾਂ ਮੰਗੋ ਲੋਕਾਂ ਕੋਲ? ਨਹੀਂ, ਹੁਣ ਤਾਂ ਨਹੀਂ ਆਏ, ਨਾ ਉਹ ਆਉਣਗੇ, ਉਹਨਾਂ ਨੂੰ ਪਤਾ ਹੈ, ਉਹ ਨਾ ਜਾਣ ਦਿੰਦੇ ਤਾਂ ਆਉਂਦੇ, ਹੁਣ ਉਹ ਜਾਣਦੇ, ਉਹਨਾਂ ਨੂੰ ਪਤਾ ਹੈ ਕਿ ਮੇਰੇ ਮੁੱਦੇ ਉਹਨਾਂ ਨਾਲ ਮਗਰਲੇ 1.5-2 ਸਾਲ ਤੋਂ ਰਹੇ ਆ। ਮੈਂ ਆਪਣੀ ਟੀਮ ਨਾਲ ਬੈਠ ਕੇ ਉਹਨਾਂ ਨਾਲ ਮੀਟਿੰਗਸ ਕੀਤੀਆਂ ਆ, ਉਹਨਾਂ ਦੇ ਕੋਲ ਜਾ ਕੇ ਜਾਂ ਜਿੰਨੇ ਲੀਡਰ ਸਾਹਿਬਾਨ ਨੂੰ ਐਜ਼ ਏ ਮੈਂ ਸੁਣਦੀ ਸੀਗੀ ਕਿ ਹਾਂ ਇਹ ਸੋਝੀ ਵਾਲੇ ਇਨਸਾਨ ਨੇ, ਸੋਝੀ ਵਾਲੇ ਬੰਦੇ ਨੇ, ਕੁਝ ਸਾਡੇ ਲਈ, ਸਾਡੀ ਕਿਸਾਨੀ ਲਈ, ਸਾਡੇ ਯੂਥ ਲਈ ਕਰਨਗੇ। ਉਹਨਾਂ ਨੇ ਉਦੋਂ ਨਹੀਂ ਹੈਲਪ ਕਰੀ, ਉਦੋਂ ਨਹੀਂ ਸੁਣੀ ਮੇਰੀ ਆਵਾਜ਼, ਮੇਰੇ ਸਾਧ ਸੰਗਤ ਦੀ ਆਵਾਜ਼, ਅਤੇ ਹੁਣ ਤਾਂ ਗੱਲ ਹੀ ਬਹੁਤ ਵੱਧ ਗਈ, ਹੁਣ ਤਾਂ ਨਹੀਂ। ਤੁਹਾਡੇ ਕੀ ਮੁੱਦੇ ਰਹਿਣਗੇ ਇਸ ਵਾਰੀ ਚੁਣਾਵ 'ਚ, ਉਹਨਾਂ ਨੂੰ ਹਟ ਕੇ ਰਹਿਣਗੇ ਜਾਂ ਮੁੱਦੇ ਉਹੀ ਰਹਿਣਗੇ ਜੋ ਆਮ ਪਾਰਟੀਆਂ ਦੇ ਹੁੰਦੇ ਨੇ? ਨਹੀਂ, ਨਸ਼ੇ ਦਾ ਰਹੇਗਾ, ਜਿਵੇਂ ਸਾਡੇ ਆ ਪਿੱਛੇ ਜੇ ਮਕੌੜੇ ਪੱਤਣ ਵਾਲੇ ਪੁੱਲ ਵਾਲੀ ਸਾਈਡ ਹੋ ਗਈ ਗੱਲ, ਬੇਰੁਜ਼ਗਾਰੀ ਬਹੁਤ ਵੱਡੀ ਹੈ, ਨਸ਼ਾ ਆਪਾਂ ਕਹਿੰਦੇ ਤਾਂ ਹੈਗੇ ਹਾਂ, ਮੇਰੇ ਬੜੇ ਵੀਰ ਭੈਣ ਭਰਾ ਨੇ, ਮੈਂ ਆਪ ਜੀ ਨੂੰ ਪਹਿਲਾਂ ਵੀ ਦੱਸਿਆ, ਛੱਡਣਾ ਚਾਹੁੰਦੇ ਨੇ ਨਸ਼ਾ, ਪਰ ਉਹਨਾਂ ਕੋਈ ਰੋਲ ਮਾਡਲ ਨਹੀਂ ਹੈ। ਮੈਂ ਉਹਨਾਂ ਨੂੰ ਜਗ੍ਹਾ ਜਾ ਕੇ ਦੱਸਦੀ ਹਾਂ ਕਿ ਦੇਖੋ, ਇਹਨਾਂ ਨੇ ਕਿਸੇ ਇੱਕ ਧਰਮ ਲਈ ਕੁਰਬਾਨੀ ਨਹੀਂ, ਸਮੁੱਚੀ ਮਾਨਵਤਾ ਲਈ ਕੁਰਬਾਨੀ ਕਰੀ ਸੀ, ਸਾਡੇ ਬਾਬਿਆਂ ਨੇ, ਸਾਹਿਬਜ਼ਾਦਿਆਂ ਨੇ। ਤੁਸੀਂ ਇਹਨਾਂ ਵੱਲ ਦੇਖੋ, ਤੁਸੀਂ ਆਪਦੇ ਵੱਲ ਦੇਖੋ, ਤੁਸੀਂ ਵਾਰਸ ਕਿਸ ਚੀਜ਼ ਦੇ ਹੋ, ਇਸ ਚੀਜ਼ ਨੂੰ ਅੱਗੇ ਲੈ ਕੇ ਜਾਂਦੀ ਹੈ। ਤਾਂ ਲੋਕ ਕਹਿੰਦੇ ਕਿ ਨਹੀਂ, ਸਾਨੂੰ ਤੂੰ ਚਾਹੀਦੀ ਹੈ ਕੁੜੀ, ਉਹ ਘਰਦਿਆਂ ਨੂੰ ਆ ਕੇ ਕਹਿੰਦੇ, ਅਤੇ ਫਿਰ ਘਰਦਿਆਂ ਨੇ ਹੌਸਲਾ ਦਿੱਤਾ ਕਿ ਨਹੀਂ ਤੂੰ ਤੁਰ ਕੁੜੀਏ, ਅਸੀਂ ਤੇਰੇ ਨਾਲ ਹਾਂ। ਜ਼ਿਮੀਂਦਾਰ ਤਾਂ ਵੈਸੇ ਵੀ, ਇੱਕ ਮੈਂ ਹੋਰ ਆਪ ਜੀ ਨੂੰ ਗੱਲ ਦੱਸਣਾ ਚਾਹੁੰਦੀ ਹਾਂ, ਜ਼ਿਮੀਂਦਾਰ ਤਾਂ ਵੈਸੇ ਵੀ ਕਦੇ ਨਫ਼ਾ ਨੁਕਸਾਨ ਨਹੀਂ ਵੇਖਦੇ, ਉਹ ਤਾਂ ਬਾਬੇ ਨਾਨਕ ਦੀ ਦਿੱਤੀ ਹੋਈ ਰੋਜ਼ੀ ਰੋਟੀ ਦੇ ਹੀ ਤੁਰਦੇ ਆ। ਸੋ ਮੇਰਾ ਵੀ ਇਹੀ ਖਿਆਲ ਹੈ ਜੀ। ਬਿਲਕੁਲ, ਨਾਲੇ ਇਸ ਜਿਹੜੇ ਚੋਣਾਂ ਆ ਰਹੀਆਂ ਨੇ, ਇਸ ਵਿੱਚ ਚਲੋ ਬੰਦਿਆਂ ਦੀ ਲੋੜ ਤਾਂ ਪੈਣੀ ਹੈ, ਅਤੇ ਨਾਲ ਨਾਲ ਪੈਸੇ ਦੀ ਵੀ ਲੋੜ ਪੈਣੀ ਹੈ, ਕਿਤੇ ਨਾ ਕਿਤੇ ਪੈਸਾ ਵੀ ਜ਼ਰੂਰੀ ਹੋ ਚੁੱਕਾ ਹੈ ਅੱਜ ਕੱਲ੍ਹ ਚੋਣ ਪ੍ਰਚਾਰ ਵਿੱਚ, ਪੈਸੇ ਦਾ ਫੰਡ ਕਿੱਥੋਂ ਆਏਗਾ?
ਫੰਡ ਤਾਂ ਸਾਡੇ ਕੋਲ 20 ਰੁਪਏ ਵਾਲਾ ਹੀ ਨਹੀਂ ਮੁੱਕਦਾ, ਬਾਬਾ ਨਾਨਕ ਜੀ ਨੇ ਸਾਨੂੰ ਦਿੱਤਾ ਹੈ, ਪਰ ਫਿਰ ਵੀ ਮੈਂ ਜਿਵੇਂ ਹੁਣ ਮੀਟਿੰਗਸ ਹੁੰਦੀਆਂ ਨੇ ਜਾਂਦੇ ਹਾਂ, ਸਾਧ ਸੰਗਤ ਖੁਦ ਔਰਗਨਾਈਜ਼ ਕਰਕੇ ਮੈਨੂੰ ਫੋਨ ਕਰਕੇ ਦੱਸਦੇ ਆ ਕਿ ਭੈਣੇ ਚੱਲ ਠੀਕ ਹੈ, ਜੇ ਤੇਰੇ ਆਉਣਾ ਹੈ ਠੀਕ ਹੈ, ਨਹੀਂ ਤਾਂ ਤੈਨੂੰ ਅਸੀਂ ਗੱਡੀ 'ਤੇ ਲੈਣ ਆ ਜਾਂਦੇ ਨੇ। ਮੇਰੇ ਬੜੇ ਭੈਣ ਭਰਾ ਨੇ ਮੇਰੇ ਨਾਲ ਸਾਥ ਦਿੰਦੇ ਆ, ਉਸ ਤੋਂ ਬਾਅਦ ਮੇਰੇ ਘਰ ਦੇ ਤਾਂ ਹੈ ਹੀ ਆਲਵੇਜ਼ ਮੇਰੇ ਨਾਲ, ਕਿਉਂਕਿ ਮੈਂ ਕਿਹੜਾ ਟੋਬਸ ਜਾਂ ਚੂੜੀਆਂ ਖਰੀਦਣੀਆਂ ਹੈ, ਮੈਂ ਤਾਂ ਸਾਦੀ ਜੀ ਹੈਗੀ, ਅੱਜ ਵੀ ਸਾਦੀ ਸੀ, ਅੱਜ ਤੋਂ 4 ਸਾਲ ਪਹਿਲਾਂ ਵੀ ਸਿੰਪਲ ਸੀ, ਜਦ ਮੈਂ ਫੀਲਡ 'ਚ ਆਈ ਹਾਂ ਠੀਕ ਹੈ, ਅਤੇ ਗਾਂ ਵੀ ਇੱਦਾਂ ਹੀ ਰਹਿਣਾ ਹੈ। ਘਰ ਦੇ ਵਿੱਚ ਗੱਲ ਕਰੀਏ ਤਾਂ ਸਭ ਤੋਂ ਮਤਲਬ ਵੱਧ ਸਾਥ ਕਿਸ ਦਾ? ਵੱਡੇ ਮੰਮੀ ਦਾ ਔਰ ਵੀਰ ਜੀ ਦਾ, ਬੈਠੇ ਨੇ ਦੇਖ ਲਓ, ਅਤੇ ਵੈਸੇ ਤਾਂ ਸਾਰੀ ਫੈਮਿਲੀ ਦਾ ਹੁੰਦਾ ਹੈ, ਪਰ ਕਹਿ ਲਓ ਕਿ ਅਟੈਚਮੈਂਟ ਹੁੰਦੀ ਹੈ ਜਿਹੜੀ ਕਿ ਆਪਾਂ ਹਾਂ ਸਾਰੀ ਗੱਲ ਦੱਸ ਦਿੰਦੇ ਹਾਂ ਕਿ ਆਹ ਹੋਇਆ ਨਹੀਂ ਹੋਇਆ, ਕਿ ਮੈਂ ਇੱਕ ਕੁੜੀ ਹਾਂ, 100 ਗੱਲਾਂ ਹੋ ਜਾਂਦੀਆਂ ਨੇ, ਫਿਰ ਮੈਂ ਦੱਸ ਦਿੰਦੀ ਹਾਂ ਇੱਦਾਂ ਕਰ ਲਾਂ, ਉਹਨੂੰ ਐਂ ਕਹਿ ਦਾ, ਉਹ ਕਹਿ ਲਾਂ, ਪਰ ਉਹ ਮੈਨੂੰ ਸਭ ਨੇ ਹੀ ਸਪੋਰਟ ਕਰੀ ਹੈ। ਜੇ ਮੈਂ ਵੱਡੀਆਂ ਪਾਰਟੀਆਂ ਦੀ ਵੀ ਗੱਲ ਕਰਾਂ ਜਾਂ ਮੇਰੇ ਟਰੱਸਟ ਨੂੰ ਲੈ ਕੇ ਵੀ, ਪਰ ਜੇ ਮੈਂ ਮੇਰੀ ਸਪੋਰਟ ਦਾ ਕੀ ਹੈ, ਮੇਰਾ ਕਿਹੜਾ ਕੋਈ, ਆਪਾਂ ਸਿੱਧੇ ਸਾਧੇ ਜੇ ਪਰਿਵਾਰ ਹਾਂ, ਗੱਲ ਆ ਬਾਤ ਆ, ਨਾ ਮੈਂ ਕੁਛ ਲੈਣਾ ਹੈ, ਨਾ ਕੋਈ ਗੱਲਬਾਤ ਸੀ। ਮੈਂ ਕਹਿੰਦੀ ਸੀ ਸਾਧ ਸੰਗਤ ਦੀ ਗੱਲ ਕਰੀਏ, ਲੀਡਰਸ ਨੂੰ ਕਿੰਨੀਆਂ ਫੈਸਿਲਿਟੀਜ਼ ਹੈ, ਕਿੰਨੀਆਂ ਸਹੂਲਤਾਂ ਹੈ, ਅਤੇ ਪਰ ਲੀਡਰਸ ਦੀ ਨਹੀਂ ਗੱਲ ਬਣਦੀ। ਮੈਂ ਤਾਂ ਇੱਥੋਂ ਤਾਂ ਸੋਚੀ ਸੀ, ਕਿਉਂਕਿ ਮੈਨੂੰ ਅਮੈਰੀਕਾ ਤੋਂ ਕਾਫੀ ਇੱਕ ਵੱਡੀ ਸੰਸਥਾ ਆਇਆ, ਉਹ ਆਈ ਸੀ, ਕਹਿੰਦੇ ਸੀ ਅਸੀਂ ਵਾਈਟ ਹਾਊਸ 'ਤੇ ਤੇਰੀ ਫੋਟੋ ਇਹ ਸਾਹਿਬਜ਼ਾਦਿਆਂ ਦੀ ਸਰੂਪ ਤੂੰ ਭੇਟ ਕਰਨਾ ਹੈ, ਸਾਡੇ ਨਾਲ ਅਮੈਰੀਕਾ ਚੱਲ ਜਾਂ ਫੈਮਿਲੀ ਦੀ ਜਾਂ ਟੀਮ ਮੈਂਬਰ ਲੈ ਕੇ ਆ। ਫਿਰ ਮੈਂ ਉਹ 'ਤੇ ਰਾਤ ਬੈਠ ਕੇ ਨੋਟ ਬਣਾਉਣੇ, ਡਾਇਰੀ ਲਿਖੀ, ਫਿਰ ਮੇਰੇ ਦਿਮਾਗ 'ਚ ਆਇਆ ਜਿਹੜਾ ਸਾਡਾ ਰਾਸ਼ਟਰਪਤੀ ਭਵਨ ਹੈ ਦਿੱਲੀ 'ਚ, ਰਾਸ਼ਟਰਪਤੀ ਮਿਊਜ਼ੀਅਮ, ਉਹਦੇ ਵਿੱਚ ਆਪਾਂ ਕਿਉਂ ਨਹੀਂ ਲਾ ਸਕਦੇ। ਮੈਂ ਬੜੀਆਂ ਅਪਰੋਚਾਂ ਕਰੀਆਂ, ਪਰ ਲੀਡਰਸ ਨਾਲ ਪਾਰਟੀ ਜੁਆਇਨ ਕਰੋ ਫਿਰ ਤੁਸੀਂ ਲਾ ਸਕਦੇ ਹੋ। ਮੈਨੂੰ ਇੰਝ ਲੱਗਦਾ ਕਿ ਇੱਕ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ, ਇੱਕ ਗ੍ਰਹਿ ਮੰਤਰੀ ਦੇਸ਼ ਦੇ ਹੁੰਦੇ ਆ, ਇੱਕ ਹੋਰ ਰਾਸ਼ਟਰਪਤੀ ਹੁੰਦੇ ਨੇ, ਉਹ ਦੇਸ਼ ਦੇ ਸਾਂਝੇ ਹੁੰਦੇ ਆ, ਨੋਟ ਏ ਅਦਰ ਕਿਸੇ ਇੱਕ ਪਾਰਟੀ ਦੇ। ਸੋ ਇਹ ਕਠਿਨਾਈਆਂ ਵੀ ਸੀਗੀਆਂ, ਤਾਂ ਕਰਕੇ ਮੈਂ ਫਿਰ। ਏਰੀਆ ਬਹੁਤ ਵੱਡਾ ਹੈ, ਹਾਂਜੀ, ਕਿੱਦਾਂ ਕਵਰ ਕਰੋਗੇ ਇੱਥੋਂ ਜਾ ਕੇ? ਲਾ ਲਓ ਵੀ ਡੇਰਾ ਬਾਬਾ ਨਾਨਕ ਹੋ ਗਿਆ, ਹੋਰ ਜਿਹੜਾ ਪਠਾਨਕੋਟ ਲੱਗ ਗਿਆ, ਭੋਆ ਵਗੈਰਾ ਜਿੰਨੇ ਵੀ ਸੁਜਾਨਪੁਰ ਹੈਗੇ ਆ, ਸਾਰਾ ਏਰੀਆ ਨਾ? ਸਾਰੇ ਆਪਣੇ ਭੈਣ ਭਰਾ ਨੇ, ਸਾਰੇ ਖੁਦ ਵੀ ਫੋਨ ਕਰਦੇ ਆ, ਖਾ ਸਾਥ ਦਿੰਦੇ ਨੇ, ਨਾਲ ਤੁਰਦੇ ਨੇ ਆਪਣੇ। ਮੈਂ ਕਿਹੜਾ ਬਾਹਰ ਤੋਂ ਹਾਂ ਕਿ ਜਾਂ ਮੈਂ ਬੜੇ ਸਿਲਵਰ ਸਪੂਨ ਲੈ ਕੇ ਜੰਮੀ ਪਲੀ ਹਾਂ, ਐਵੇਂ ਹੀ ਬਸ ਤੁਰ ਪੈਣਾ ਹੈ ਆਪਣੇ ਭੈਣ ਭਰਾਵਾਂ ਕੋਲ। ਠੀਕ ਹੈ, ਅਗਲੀ ਮੀਟਿੰਗ ਗਾਂ ਗਾਂ ਵੇਖਿਓ, ਲੈਗ ਪੁਲਿੰਗ ਬਹੁਤ ਹੁੰਦੀ ਹੈ ਰਾਜਨੀਤੀ, ਆ ਰਾਜਨੀਤੀ ਬਹੁਤ ਕੁਝ ਸਹਿਣਾ ਪੈਂਦਾ, ਬੜੇ ਬੜੇ ਇਲਜ਼ਾਮ ਵੀ ਲੱਗਣੇ ਆ। ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ ਜੀ, ਬਿਲਕੁਲ ਬੇਧੜਕ ਹੋ ਕੇ ਚੋਣ ਮੈਦਾਨ 'ਚ ਉਤਰੇ ਨੇ, ਅਤੇ ਕਿਸੇ ਦਾ ਵੀ ਕੋਈ ਖੌਫ ਡਰ ਨਹੀਂ ਆ, ਆਪਣੇ ਇਰਾਦੇ ਪੱਕੇ, ਮਜ਼ਬੂਤ ਇਰਾਦਾ। ਤੁਸੀਂ ਦੇਖ ਸਕਦੇ ਸਧਾਰਨ ਪਰਿਵਾਰ 'ਚੋਂ ਉੱਠੇ ਨੇ, ਜੰਮੇ ਪਲੇ, ਅਤੇ ਹੁਣ ਚੋਣਾਂ ਦੀ ਤਿਆਰੀ ਕਰ ਰਹੇ ਨੇ। ਸੋ ਸਾਡੇ ਉਹਨਾਂ ਦੇ ਭਰਾ ਵੀ ਮੌਜੂਦ ਨੇ ਜੋ ਉਹਨਾਂ ਦਾ ਸਾਥ ਦੇਣਗੇ, ਉਹਨਾਂ ਨਾਲ ਵੀ ਗੱਲਬਾਤ ਕਰਨੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤੁਹਾਨੂੰ ਜੀ ਆਇਆਂ ਨੂੰ ਜੋ ਸਾਡੇ ਘਰ ਆਏ ਜੇ। ਕੀ ਨਾਮ ਜੀ? ਮੇਰਾ ਨਾਮ ਪਰਮਪ੍ਰੀਤ ਸਿੰਘ ਬਾਜਵਾ। ਤੁਹਾਡਾ ਕਿੱਦਾਂ ਸਾਥ ਰਹੇਗਾ ਗੁਰਪ੍ਰੀਤ ਜੀ ਨਾਲ? ਮੈਂ ਇਹਦੀ ਹਰ 24 ਘੰਟੇ ਦੇ ਨਾਲ ਹੀ ਹਾਂ ਵੈਸੇ, ਅਤੇ ਜੋ ਵੀ ਮੇਰੀ ਭੈਣ ਡਿਸੀਜਨ ਲੈਂਦੀ ਹੈ, ਸਭ ਤੋਂ ਪਹਿਲਾਂ ਤਾਂ ਇਹਨੇ ਕੌਲ ਮੈਨੂੰ ਕੀਤੀ ਜਦੋਂ ਇਹਦਾ ਇਲੈਕਸ਼ਨ ਦਾ ਮੂਡ ਬਣਿਆ, ਵੀਰ ਜੀ ਆਹ ਚੀਜ਼ ਆਪਾਂ ਕਰਨੀ ਚਾਹੁੰਦੀ ਹਾਂ। ਮੈਂ ਇਕਦਮ ਸ਼ੌਕਿੰਗ ਹੋ ਗਿਆ ਵੀ ਜਿਵੇਂ ਤੁਸੀਂ ਇਹਨਾਂ ਨੂੰ ਸਵਾਲ ਪੁੱਛਿਆ ਵੀ ਏਰੀਆ ਬਹੁਤ ਵੱਡਾ ਅਤੇ MP ਦੀ ਇਲੈਕਸ਼ਨ ਹੈ, ਕੋਈ ਸਧਾਰਨ ਬੰਦਾ ਤਾਂ ਇੱਥੇ ਪੰਚਾਇਤ ਮੈਂਬਰ ਦੇ ਵੀ ਫਾਰਮ ਭਰਨ ਤੋਂ ਡਰਦਾ ਵਾ, ਪਰ ਹੌਂਸਲਾ ਭੈਣ ਦਾ ਜਿੰਨੇ ਐਡੀ ਵੱਡੀ ਛੱਡ। ਮੈਂ ਉਹੀ ਆਖਿਆ ਵੀ ਸਰਪੰਚੀ ਦੇ, ਪੰਚੀ ਦੇ ਇਲੈਕਸ਼ਨ ਨਹੀਂ ਹੈਗੇ, MP ਦੇ ਇਲੈਕਸ਼ਨ ਨੇ, ਇਹ ਤਾਂ ਬਹੁਤ ਮਿਹਨਤ ਵੀ ਕਰਨੀ ਆ, ਅਤੇ ਵੱਡੇ ਵੱਡੇ ਦਿੱਗਜ ਜਿਹੜੇ ਹੈਗੇ ਨੇ ਉਮੀਦਵਾਰ ਉਹ ਵੀ ਉਤਾਰੇ ਗਏ ਨੇ। ਹਾਂਜੀ, ਚਲੋ ਉਤਾਰੇ ਤਾਂ ਕਿਤੇ ਹੈ, ਅਤੇ ਉਹ ਵੀ ਇਨਸਾਨ ਹੀ ਨੇ ਆਫਟਰ ਆਲ। ਤਜਰਬਾ ਇੱਕ ਹੁਣ ਭੈਣ ਸਾਡੀ ਉੱਠੀ ਆ, ਪਹਿਲੀ ਇਲੈਕਸ਼ਨ ਲੜਨੇ ਆ, ਉਹ ਚਿਰਾਂ ਤੋਂ ਇਲੈਕਸ਼ਨ ਲੜਦੇ ਆ ਰਹੇ ਨੇ, ਅਤੇ ਉਹ ਤਜਰਬਾ ਵੀ ਕਿਤੇ ਨਾ ਕਿਤੇ ਹੁੰਦਾ ਨਹੀਂ? ਉਹ ਤਾਂ ਤਜਰਬਾ ਤਾਂ ਹੁੰਦਾ ਹੀ ਆ, ਪਰ ਸਾਡੀ ਜਿਹੜੀ ਟੀਮ ਆ ਸਾਡੇ ਨਾਲ ਤਜਰਬੇਕਾਰ ਬੰਦੇ ਹੈਗੇ ਆ, ਉਹਨਾਂ ਦੀ ਗਾਈਡਲਾਈਨਸ ਦੇ ਨਾਲ ਹੀ ਚੱਲਣਾ ਵਾ, ਬਾਕੀ ਜੋ ਪਰਮਾਤਮਾ ਨੂੰ ਮਨਜ਼ੂਰ ਆ ਜੀ। ਠੀਕ ਆ, ਦਿਨ ਰਾਤ ਕਰਨੀ ਪੈਣੀ ਭੈਣ ਦੇ ਨਾਲ
ਦਿਨੇ ਰਾਤੀ? ਹਾਂਜੀ, ਉਹ ਮੈਂ ਆਪਣਾ ਸ਼ਡਿਊਲ ਸਾਰਾ ਕੰਪਲੀਟ ਕਰ ਲਿਆ। ਤੁਹਾਨੂੰ ਪਤਾ ਹੀ ਅਸੀਂ ਕਿਸਾਨੀ ਮਤਲਬ ਫੈਮਿਲੀ ਤੋਂ ਬਿਲੋਂਗ ਕਰਦੇ ਹਾਂ। ਕਣਕ ਦੀ ਵਾਢੀ 'ਤੇ ਮਤਲਬ 5-7 ਦਿਨ ਤੱਕ ਇਹਦੇ ਕੋਲ ਭੈਣ ਕੋ ਟਾਈਮ ਲਿਆ। ਮੈਂ 5-4 ਦਿਨ 'ਚ ਆਪਣਾ ਕੰਮ ਸਾਂਭ ਕੇ ਮੈਂ ਇਹਦੇ ਨਾਲ ਹੀ ਹਾਂ ਜੀ। ਬਿਲਕੁਲ ਜੀ, ਭਰਾ ਵੀ ਤਿਆਰ ਆ, ਭੈਣ ਵੀ ਤਿਆਰ ਆ, ਚੋਣ ਇਲੈਕਸ਼ਨ ਲੜਨੇ, MP ਦੇ ਇਲੈਕਸ਼ਨ ਆ ਰਹੇ ਨੇ, ਸੋ ਬਹੁਤ ਤਿਆਰੀਆਂ ਕਰਨੀਆਂ ਬਾਕੀ ਰਹਿ ਗਈਆਂ ਨੇ। ਸੋ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਭੈਣ ਜੇ ਸੁਪਨਾ ਵੇਖਿਆ ਜੋ ਜਿਹੜੇ ਅਦਾਰਾ ਕੀਤਾ ਵਾ ਉਹ ਪਰਮਾਤਮਾ ਉਸਦਾ ਪੂਰਾ ਕਰੇ ਅਤੇ ਇਹ ਇਲੈਕਸ਼ਨ ਜਿੱਤਣ। ਲੁਧਿਆਣਾ ਟਾਈਮ ਲਈ ਜਸਵਿੰਦਰ ਬੇਦੀ, ਗੁਰਦਾਸਪੁਰ।